ਲੁਧਿਆਣਾ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅਤੇ ਸਿਸਟਮ ਅਪਡੇਟ ਨਾ ਹੋਣ ਕਰਕੇ ਟ੍ਰੈਫਿਕ ਚਲਾਨ ਭੁਗਤਣ ਆਉਣ ਵਾਲੇ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਕਈ ਕਈ ਦਿਨਾਂ ਤੱਕ ਉਹਨਾਂ ਦਾ ਚਲਾਨ ਨਹੀਂ ਭੁਗਤਿਆ ਜਾ ਰਿਹਾ, ਜਿਸ ਨਾਲ ਲੋਕ ਪੂਰੀ ਤਰ੍ਹਾਂ ਨਾਲ ਖੱਜਲ ਖੁਆਰ ਹੋ ਰਹੇ ਨੇ। ਡੇਟ ਸਾਨੂੰ ਦਿੱਤੀ 20 ਤਰੀਕ, ਅੱਜ 4 ਤਰੀਕ ਹੋ ਗਈ ਜੀ। ਖੱਜਲ ਖੁਆਰੀ ਚਾਰ ਕਿੰਨੇ ਗੇੜੇ ਮਾਰ ਚੁੱਕੇ ਹਾਂ ਅਸੀਂ, ਅਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਹੈਗਾ। ਅਜੇ ਕੋਈ ਨਹੀਂ ਆ ਜੀ, ਸਲਦਾ ਸਿਸਟਮ ਫੇਲ ਹੀ ਫੇਲ ਆ ਜੀ, ਅਜੇ ਕੋਈ ਸੁਣਵਾਈ ਨਹੀਂ ਕਰਦੇ ਹੈਗੇ। ਸਾਨੂੰ ਚਲਾਨ ਭੁਗਤਣ ਦੀ ਆ ਰਹੀ ਹੈ, ਸਾਡਾ 29 ਤਰੀਕ ਦਾ ਚਲਾਨ ਕੱਟਿਆ ਹੋਇਆ ਅਤੇ ਅੱਜ 4 ਹੋ ਗਈ। ਦੇਖ ਲਓ, ਅਸੀਂ ਉਰੇ ਪਹਿਲਾਂ 29 ਤਰੀਕ ਸਾਨੂੰ ਮੋੜਿਆ ਸੀ ਖੰਨੇ ਵੀ ਤੁਹਾਡਾ ਲੁਧਿਆਣੇ ਭਰਿਆ ਜਾਣਾ, ਅਤੇ ਅੱਜ ਫੇਰ ਸਾਨੂੰ ਹੁਣ ਕਹਿ ਰਹੇ ਨੇ ਵੀ 21 ਤੱਕ ਦੀ ਆਏ ਨੇ। ਬਹੁਤ ਖੱਜਲ ਖੁਆਰੀ ਹੈ ਜੀ, ਇੰਨੀ ਦੂਰ ਖੰਨੇ ਆਏ ਹੋਏ ਅਸੀਂ ਜੀ। ਹਾਂ, ਹਲੇ 10-12 ਦਿਨ ਹੋਰ ਕਹਿ ਰਹੇ ਨੇ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੇ ਨਾਲ ਬੋਬੀ ਕਾਠੀਆ ਦੀ ਰਿਪੋਰਟ, ਚੈਨਲ 2।